Hello students, welcome back to channel How to Simplify Education. PSEB 10th 12th 2019 ਦੇ ਰਿਜ਼ਲਟ ਆ ਚੁੱਕੇ ਹਨ ਤੇ ਇਸ ਸਾਲ ਦੇ ਰਿਜ਼ਲਟ ਬਹੁਤ ਹੀ ਵਧੀਆ ਰਹੇ ਹਨ। ਇਸ ਚੈਨਲ ਤੇ ਅਸੀਂ 10ਵੀਂ ਤੇ 12ਵੀਂ ਦੇ ਸਟੂਡੈਂਟਸ ਲਈ ਹਰ ਅਪਡੇਟਸ ਪ੍ਰੋਵਾਈਡ ਕਰਵਾਵਾਂਗੇ। 10ਥ ਤੇ 12ਥ ਦੇ ਰੀਪੇਅਰ ਦੇ ਸਟੂਡੈਂਟਸ ਲਈ ਵੀ ਅਸੀਂ ਹਰ ਅਪਡੇਟਸ ਪ੍ਰੋਵਾਈਡ ਕਰਵਾਵਾਂਗੇ ਤੇ ਉਹਨਾਂ ਲਈ ਜਿਵੇਂ ਹੀ ਰੀਪੇਅਰ ਦੇ ਫਾਰਮ ਅਵੇਲੇਬਲ ਹੋ ਜਾਣਗੇ ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਜੋ ਸਟੂਡੈਂਟਸ 10ਥ 12ਥ ਦੇ ਵਿੱਚ ਰੀਚੈਕਿੰਗ ਤੇ ਰਿਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਉਹਨਾਂ ਲਈ ਜਿਵੇਂ ਹੀ ਰਿਵੈਲੂਏਸ਼ਨ ਤੇ ਰੀਚੈਕਿੰਗ ਦੇ ਫਾਰਮ ਆ ਜਾਣਗੇ ਉਸ ਬਾਰੇ ਵੀ ਅਸੀਂ ਤੁਹਾਨੂੰ ਅਪਡੇਟ ਪ੍ਰੋਵਾਈਡ ਕਰਵਾਵਾਂਗੇ। ਪਲੱਸ 2 ਤੋਂ ਬਾਅਦ ਹੋਣ ਵਾਲੇ ਕੋਰਸਸ ਲਈ ਅਸੀਂ ਲਗਾਤਾਰ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤੇ ਜਿਹੜੇ ਸਟੂਡੈਂਟਸ ਟੀਚਰ ਬਣ ਦੇ ਚਾਹਵਾਨ ਹਨ ਤੇ ਪਲੱਸ 2 ਤੋਂ ਬਾਅਦ ETT ਕਰਨਾ ਚਾਹੁੰਦੇ ਹਨ ਉਹਨਾਂ ਲਈ ਅਸੀਂ ਇੱਕ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਕੋਨੇ ਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ। ਅੱਜ ਦੀ ਵੀਡੀਓ ਅਸੀਂ ਗ੍ਰੈਜੂਏਸ਼ਨ ਦੇ ਬਾਰੇ ਲੈ ਕੇ ਆਏ ਹਾਂ ਤੇ ਜੋ ਸਟੂਡੈਂਟਸ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਅਸੀਂ BA ਦੇ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਪਲੱਸ 2 ਤੋਂ ਬਾਅਦ BA ਕਰਨ ਦੇ ਰੂਲ ਤੇ BA ਕਰਨ ਦਾ ਕਿੰਨਾ ਕੁ ਸਕੋਪ ਹੈ ਇਸ ਦੇ ਬਾਰੇ ਜਾਣਾਂਗੇ। ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਗੱਲ ਕੀਤੀ ਜਾਵੇ BA ਦੇ ਸਕੋਪ ਦੀ ਤਾਂ BA ਦਾ ਸਕੋਪ ਬਹੁਤ ਜ਼ਿਆਦਾ ਹੈ। ਜਿੰਨੇ ਵੀ ਕੰਪੈਟੀਟਿਵ ਐਗਜ਼ਾਮਸ ਹਨ ਤੇ ਲਗਭਗ ਸਾਰੇ ਹੀ ਕੰਪੈਟੀਟਿਵ ਐਗਜ਼ਾਮਸ ਦੇ ਲਈ BA ਦਾ ਹੋਣਾ ਜ਼ਰੂਰੀ ਹੈ। BA ਕਰਨ ਤੋਂ ਬਾਅਦ ਹੀ ਤੁਸੀਂ ਕੰਪੈਟੀਟਿਵ ਐਗਜ਼ਾਮ ਦੇ ਵਿੱਚ ਬੈਠ ਸਕਦੇ ਹੋ ਤੇ ਤੁਹਾਨੂੰ ਜੌਬ ਮਿਲ ਸਕਦੀ ਹੈ। BA ਤੋਂ ਬਾਅਦ ਦੇਖਿਆ ਜਾਵੇ ਤਾਂ ਕਲਰਕ ਦੇ ਤੁਸੀਂ ਸਾਰੇ ਐਗਜ਼ਾਮ ਦੇ ਸਕਦੇ ਹੋ, ਬੈਂਕਿੰਗ ਸੈਕਟਰ ਦੇ ਵਿੱਚ ਵੀ ਤੁਸੀਂ ਸਾਰੇ ਐਗਜ਼ਾਮ ਦੇ ਸਕਦੇ ਹੋ ਤੇ ਜੇਕਰ ਤੁਸੀਂ ਹਾਇਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬੈਠਣਾ ਚਾਹੁੰਦੇ ਹੋ ਤਾਂ ਤੁਸੀਂ IAS PCS ਸਾਰੇ ਹੀ ਕੰਪੈਟੀਟਿਵ ਐਗਜ਼ਾਮਸ BA ਤੋਂ ਬਾਅਦ ਦੇ ਸਕਦੇ ਹੋ। ਇਸ ਲਈ BA ਦਾ ਸਕੋਪ ਬਹੁਤ ਜ਼ਿਆਦਾ ਹੈ ਅਤੇ BA ਦੇ ਨਾਲ ਨਾਲ ਤੁਹਾਨੂੰ ਇਹਨਾਂ ਕੰਪੈਟੀਟਿਵ ਐਗਜ਼ਾਮਸ ਦੇ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। BA ਦਾ ਕੋਰਸ ਦੇਖਿਆ ਜਾਵੇ ਤਾਂ ਇਹ ਗ੍ਰੈਜੂਏਸ਼ਨ ਦਾ ਤਿੰਨ ਸਾਲ ਦਾ ਕੋਰਸ ਹੈ ਜੀ। ਅਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਤਾਂ ਇਸ ਦੇ ਵਿੱਚ 6 ਸਮੈਸਟਰਸ ਹਨ। ਇਸ ਲਈ ਪਲੱਸ 2 ਤੋਂ ਬਾਅਦ ਜੋ ਸਟੂਡੈਂਟਸ BA ਕਰਨਾ ਚਾਹੁੰਦੇ ਹਨ ਉਹ BA ਕਰ ਸਕਦੇ ਹਨ ਜੀ। BA ਦਾ ਕੋਰਸ ਬਹੁਤ ਹੀ ਵਧੀਆ ਕੋਰਸ ਹੈ ਅਤੇ BA ਕਰਨ ਤੋਂ ਬਾਅਦ ਤੁਸੀਂ ਸਾਰੇ ਕੰਪੈਟੀਟਿਵ ਐਗਜ਼ਾਮਸ ਦੇ ਵਿੱਚ ਬੈਠ ਸਕਦੇ ਹੋ ਅਤੇ ਤੁਸੀਂ ਬਹੁਤ ਹੀ ਵਧੀਆ ਜੌਬਸ ਹਾਸਲ ਕਰ ਸਕਦੇ ਹੋ। BA ਦੇ ਨਾਲ ਨਾਲ ਕੰਪੈਟੀਟਿਵ ਐਗਜ਼ਾਮ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਜੇਕਰ ਤੁਸੀਂ ਇਸ ਬਾਰੇ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਜੀ। ਆਓ ਆਪਾਂ ਹੁਣ ਦੇਖ ਲੈਂਦੇ ਹਾਂ ਪਲੱਸ 2 ਤੋਂ ਬਾਅਦ BA ਕਰਨ ਦੇ ਕੀ ਰੂਲ ਹਨ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ BA ਕਰਨ ਦੇ ਰੂਲਸ ਬਾਰੇ ਦੱਸਾਂਗੇ ਅਤੇ ਜੇਕਰ ਤੁਸੀਂ ਦੂਸਰੀ ਯੂਨੀਵਰਸਿਟੀਜ਼ ਦੇ ਰੂਲ ਬਾਰੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੂਸਰੀ ਯੂਨੀਵਰਸਿਟੀਜ਼ ਦੇ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਉਹਨਾਂ ਦੇ ਰੂਲ ਚੈੱਕ ਕਰ ਸਕਦੇ ਹੋ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ BA ਦੇ ਰੂਲ ਦੇਖਾਂਗੇ ਜੀ ਅਤੇ ਜੋ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ BA ਐਜ਼ ਆ ਪ੍ਰਾਈਵੇਟ ਕੈਂਡੀਡੇਟ ਕਰਨਾ ਚਾਹੁੰਦੇ ਹਨ ਉਹਨਾਂ ਲਈ ਰੂਲ ਇਸ ਤਰ੍ਹਾਂ ਹਨ ਜੀ। ਜੋ SC ਕੈਂਡੀਡੇਟਸ ਹਨ ਉਹ ਪ੍ਰਾਈਵੇਟ BA ਕਰ ਸਕਦੇ ਹਨ, ਜੋ ਗਵਰਨਮੈਂਟ ਅਤੇ ਪਬਲਿਕ ਸੈਕਟਰ ਦੇ ਵਿੱਚ ਇੰਪਲੋਈ ਹਨ ਉਹ ਵੀ ਪ੍ਰਾਈਵੇਟ BA ਕਰ ਸਕਦੇ ਹਨ ਅਤੇ ਜੋ ਗਰਲਜ਼ ਹਨ ਚਾਹੇ ਕਿਸੇ ਵੀ ਕੈਟੇਗਰੀ ਨਾਲ ਰਿਲੇਟਡ ਹੋਣ ਉਹ ਵੀ ਪ੍ਰਾਈਵੇਟ BA ਕਰ ਸਕਦੀਆਂ ਹਨ ਜੀ। ਅਤੇ ਜੋ ਜਨਰਲ ਕੈਟੇਗਰੀ ਦੇ ਵਿੱਚ ਬੋਆਇਜ਼ ਆਉਂਦੇ ਹਨ ਉਹ ਐਜ਼ ਆ ਪ੍ਰਾਈਵੇਟ ਕੈਂਡੀਡੇਟ BA ਨਹੀਂ ਕਰ ਸਕਦੇ ਹਨ ਅਤੇ ਇਹ BA 6 ਸਮੈਸਟਰ ਦੇ ਵਿੱਚ ਹੋਵੇਗੀ ਅਤੇ ਜਿਸ ਵਿੱਚ ਹਰ ਸਮੈਸਟਰ ਦੀ ਲਗਭਗ 1600 ਰੁਪਏ ਦੇ ਕਰੀਬ ਫੀਸ ਹੁੰਦੀ ਹੈ ਅਤੇ ਜੇ ਪ੍ਰਾਈਵੇਟ ਕੈਂਡੀਡੇਟਸ ਦੇ ਲਈ ਜੋ ਫੋਰਮਸ ਹਨ ਉਹ ਸੈਪਟੈਂਬਰ ਦੇ ਵਿੱਚ ਆ ਜਾਂਦੇ ਹਨ ਅਤੇ ਜਿਵੇਂ ਹੀ ਇਹ ਪ੍ਰਾਈਵੇਟ ਕੈਂਡੀਡੇਟਸ ਲਈ ਫੋਰਮ ਆਉਣਗੇ ਉਸ ਦੀ ਅਪਡੇਟ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ। ਅਤੇ ਜੋ ਸਟੂਡੈਂਟਸ BA ਰੈਗੂਲਰ ਕਰਨਾ ਚਾਹੁੰਦੇ ਹਨ ਤਾਂ ਰੈਗੂਲਰ ਦੇ ਵਿੱਚ ਸਾਰੇ ਕੈਟੇਗਰੀ ਦੇ ਸਟੂਡੈਂਟਸ BA ਕਰ ਸਕਦੇ ਹਨ ਅਤੇ ਜੋ ਕਾਲਜ ਤੁਹਾਨੂੰ ਨਜ਼ਦੀਕ ਲੱਗਦਾ ਹੈ ਉਸ ਕਾਲਜ ਨਾਲ ਸੰਪਰਕ ਕਰਕੇ ਤੁਸੀਂ ਰੈਗੂਲਰ BA ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਜੀ। ਅਤੇ ਜੇਕਰ ਗੱਲ ਕੀਤੀ ਜਾਵੇ ਸਬਜੈਕਟਸ ਦੀ ਤਾਂ ਇੰਗਲਿਸ਼ ਅਤੇ ਪੰਜਾਬੀ ਸਬਜੈਕਟਸ ਕੰਪਲਸਰੀ ਹੁੰਦੇ ਹਨ। ਉਸ ਤੋਂ ਇਲਾਵਾ 3 ਪੇਪਰਸ ਆਪਸ਼ਨਲ ਹੁੰਦੇ ਹਨ ਜੋ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ। ਜੇਕਰ ਤੁਸੀਂ BA ਤੋਂ ਬਾਅਦ BEd ਕਰਨਾ ਚਾਹੁੰਦੇ ਹੋ ਤਾਂ ਇਹਨਾਂ ਤਿੰਨਾਂ ਪੇਪਰਾਂ ਨੂੰ ਤੁਸੀਂ ਧਿਆਨ ਨਾਲ ਚੂਜ਼ ਕਰਨਾ ਹੈ।
ਫੋਰ ਐਗਜ਼ਾਮਪਲ ਜੇਕਰ ਤੁਸੀਂ ਬੀ ਐਡ ਦੇ ਵਿੱਚ ਐਸ ਐਸ ਦੇ ਨਾਲ ਕੋਂਬੀਨੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੋ ਪੇਪਰ ਐਸ ਐਸ ਦੇ ਲੈ ਸਕਦੇ ਹੋ, ਜਿਵੇਂ ਕਿ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਜਾਂ ਹੋਰ ਵੀ ਐਸ ਐਸ ਦੇ ਜੋ ਸਬਜੈਕਟ ਲੈਣਾ ਚਾਹੋ ਤਾਂ ਦੋ ਸਬਜੈਕਟ ਐਸ ਐਸ ਦੇ ਲੈ ਸਕਦੇ ਹੋ, ਅਤੇ ਥਰਡ ਪੇਪਰ ਕੋਈ ਇਲੈਕਟਿਵ ਪੇਪਰ ਲੈ ਸਕਦੇ ਹੋ, ਜਿਵੇਂ ਕਿ ਇਲੈਕਟਿਵ ਹਿੰਦੀ, ਇਲੈਕਟਿਵ ਪੰਜਾਬੀ, ਇਲੈਕਟਿਵ ਇੰਗਲਿਸ਼। ਅਤੇ ਜੋ ਸਟੂਡੈਂਟਸ ਬੀ ਏ ਤੋਂ ਬਾਅਦ ਬੀ ਐਡ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦਾ ਕੋਂਬੀਨੇਸ਼ਨ ਐਸ ਐਸ ਦੇ ਨਾਲ ਇਲੈਕਟਿਵ ਸਬਜੈਕਟ ਦਾ ਬਣ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਜੋ ਵੀ ਤਿੰਨ ਪੇਪਰ ਆਪਸ਼ਨਲ ਚੂਜ਼ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਪਦੇ ਇੰਟਰਸਟ ਦੇ ਹਿਸਾਬ ਨਾਲ ਚੂਜ਼ ਕਰਿਓ। ਸਬਜੈਕਟ ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਹੀ ਚੂਜ਼ ਕਰਨੇ ਹਨ ਤਾਂ ਜੋ ਤੁਹਾਨੂੰ ਬੀ ਏ ਕਰਨ ਦੇ ਵਿੱਚ ਆਸਾਨੀ ਰਹੇ। ਇਹ ਸੀ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਲੱਸ ਟੂ ਤੋਂ ਬਾਅਦ ਬੀ ਏ ਕਰਨ ਨੂੰ ਲੈ ਕੇ ਵੀਡੀਓ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਕਰੋ ਜੀ, ਅਸੀਂ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਥੈਂਕ ਯੂ ਜੀ।